ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲੈ ਕਿਸੇ ਨਗਰ ਦੇ ਵਿੱਚ ਇੱਕ ਬੁੱਢੀ ਮਾਈ ਰਹਾ ਕਰਦੀ ਸੀ ਉਹਦੇ ਦੋ ਪੁੱਤ ਅਤੇ ਦੋ ਨੂੰਹਾਂ ਸੋ ਮਾਈ ਹਰ ਵਕਤ ਉਹ ਪ੍ਰਮਾਤਮਾ ਨੂੰ ਯਾਦ ਕਰਦੀ ਜੀਵਨ ਦੇ ਦਾਨ ਧਰਮ ਇਹ ਪੁੰਨ ਦੇ ਸਾਰੇ ਕੰਮ ਕਰਿਆ ਕਰਦੀ ਸੀ ਪਰ ਉਹ ਬੁੱਢੀ ਮਾਈ ਨਾ ਤਾਂ ਕਦੇ ਗੁਰਦੁਆਰੇ ਸਾਹਿਬ ਤੇ ਨਾ ਹੀ ਕਦੇ ਕਥਾ ਕੀਰਤਨ ਤੇ ਨਾ ਹੀ ਤੀਰਥ ਸਥਾਨਾਂ ਤੇ ਗਈ ਸੀ ਨਾ ਹੀ ਜਾਣ ਦੀ ਇੱਛਾ ਜ਼ਾਹਿਰ ਕਰਦੀ ਸੀ ਇੱਕ ਵਾਰ ਪਿੰਡ ਦੇ ਵਿੱਚ دیਵਾਨ ਲੱਗੇ دیਵਾਨ ਲਗਾਤਾਰ ਸਤਿ ਅੰਦਰ ਸੰ ਜਿਸ ਦੇ ਵਿੱਚ ਕਥਾ ਕੀਰਤਨ ਅਤੇ ਨਾਲ ਹੀ ਵਾਹਿਗੁਰੂ ਦਾ ਸ਼ਬਦ ਜਾਪ ਕੀਤਾ ਜਾਂਦਾ ਸੀ ਪੁੱਤਾਂ ਨੇ ਆਪਣੀ ਮਾਂ ਨੂੰ ਕਿਹਾ ਬੀਤ ਤੂੰ ਸਾਰਾ ਦਿਨ ਘਰ ਵਿੱਚ ਵੀ ਤਾਂ ਰਹਿਣੀ ਹੈ ਤੇ ਸੱਤ ਦਿਨ ਤੂੰ ਇੱਥੇ ਕਥਾ ਕੀਰਤਨ ਵਿੱਚ ਕਿਉਂ ਨਹੀਂ ਚਲੀ ਜਾਂਦੀ ਕਥਾ ਸੁਣਨ ਕਿਉਂ ਨਹੀਂ ਜਾਂਦੀ ਬੁੱਢੀ ਮਾਈ ਨੇ ਆਪਣੇ ਪੁੱਤਾਂ ਦਾ ਮਨ ਰੱਖਣ ਲਈ ਕਹਿ ਦਿੱਤਾ ਜਾਵਾਂਗੇ ਪਰ ਐਵੇਂ ਕਰਦੇ ਕਰਦੇ ਉਹ ਮਾਈ ਨੇ 6 ਦਿਨ ਲੰਘਾ ਦਿੱਤੇ ਜਦੋਂ 7ਵਾਂ ਦਿਨ ਸੀ ਭਾਵ ਅੰਤਿਮ ਦਿਨ ਸੀ ਕਹਿੰਦੀ ਅੱਜ ਕਥਾ ਕੀਰਤਨ ਸੁਣਨ ਜ਼ਰੂਰ ਜਾਵਾਂਗੇ ਸਾਰਾ ਦਿਨ ਕੰਮ ਕਰਦੀ ਕਰਦੀ ਨੇ ਬੁੱਢੀ ਮਾਈ ਹੋਂ ਜਾਣੀ ਹੈ ਹੋਂ ਜਾਣੀ ਹੈ ਕਹਿ ਕੇ ਕਹਿ ਕੇ ਤੇ ਉਹ ਜਿਹੜਾ ਅੰਤਿਮ ਦਿਨ ਸੀ ਦਿਵਾਨ ਦਾ ਉਹ ਵੀ ਸਮਾਪਤ ਹੋ ਗਿਆ ਹੋਣ ਕੀ ਸੀ ਘਰ ਵਾਲੇ ਬੱਚੇ ਕਹਿੰਦੇ ਵੀ ਮਾਤਾ ਜਾਣਾ ਨਹੀਂ ਕਹਿੰਦੀ ਜਾਣਾ ਹੈ ਜਾਣ ਕਹਿੰਦੀ ਠੀਕ ਹੈ ਉਹ ਕਹਿੰਦੇ ਵੀ ਹੁਣ ਤਾਂ ਸਮਾਪਤੀ ਹੋਣ ਵਾਲੀ ਹੈ ਕਹਿੰਦੀ ਨਹੀਂ ਫਿਰ ਵੀ ਮੈਂ ਜਾਵਾਂਗੀ ਉਹ ਘਰੋਂ ਬਾਹਰ ਨਿਕਲਦੀ ਜਦੋਂ ਰਸਤੇ ਦੇ ਵਿੱਚ ਜਾਂਦੀ ਹੈ ਤੇ ਸਾਹਮਣੂ ਇੱਕ ਸੰਤ ਜੀ ਕਿਸੇ ਸੰਿਆਸੀ ਦਾ ਰੂਪ ਧਾਰ ਕੇ ਉਹ ਬੁੱਢੀ ਮਾਈ ਦੇ ਕੋਲ ਆਉਂਦੇ ਨੇ ਬੋਲੇ ਮਾਈ ਤੂੰ ਕਿੱਥੇ ਜਾਂਦੀ ਮਾਈ ਨੇ ਕਿਹਾ ਮੈਂ ਕਥਾ ਕੀਰਤਨ ਸੁਣਨ ਜਾਂਦੀ ਤਾਂ ਸੰਤ ਜੀ ਨੇ ਉਹਨੂੰ ਕਿਹਾ ਕਿੰਦੇ ਵੀ ਹੋ ਤਾਂ ਇਨੀ ਦੇਰ ਹੋ ਗਈ ਹੋ ਤਾਂ ਕਥਾ ਕੀਰਤਨ ਦੀ ਸਮਾਪਤੀ ਹੋਗੀ ਹੁਣ ਉਥੇ ਜਾ ਕੇ ਕੀ ਕਰਨਗੀ ਬੁੱਢੀ ਮਾਈ ਨੇ ਕਿਹਾ ਜਾਵਾਂਗੀ ਤੇ ਜ਼ਰੂਰ ਘਰੋਂ ਬਾਹਰ ਨਿਕਲੀਆ ਤੇ ਉਥੇ ਜਾ ਕੇ ਜ਼ਰੂਰ ਰਵਾਂਗੀ ਉਹ ਜਿਹੜਾ ਸੰਤ ਜੀ ਸਨ ਉਹਨਾਂ ਕਹਾਂ ਵੀ ਕਥਾ ਦੀ ਤਾਂ ਸਮਾਪਤੀ ਹੋਗੀ ਲੋਕ ਆਪਣੇ ਆਪਣੇ ਘਰ ਚਲੇਗੇ ਤੂੰ ਉਥੇ ਜਾ ਕੇ ਕੀ ਕਰੇਂਗੀ ਕੀ ਲਿਆਵੇਂਗੀ ਬੁੱਢੀ ਮਾਈ ਕਹਿੰਦੀ ਜਾਵਾਂਗੀ ਤੇ ਜ਼ਰੂਰ ਫਿਰ ਕਹਿੰਦੀ ਭਾਵੇਂ ਉਥੋਂ ਇੱਕ 80 ਚੋਕ ਕੇ ਲਿਆਵਾਂ ਲ ਜਾਵਾਂਗੀ ਜ਼ਰੂਰ ਉਹ ਜਿਹੜੇ ਸੰਤ ਜੀ ਸਨ ਉਹ ਕੁਝ ਨਾ ਬੋਲੇ ਉਹਨਾਂ ਨੇ ਆਪਣੇ ਝੋਲੇ ਦੇ ਵਿੱਚੋਂ ਇੱਕ ਇੱਟ ਕੱਢ ਕੇ ਉਹਨੂੰ ਦੇ ਦਿੱਤੀ ਉਹਨਾਂ ਉਹ ਮਿੱਟੀ ਦੀ ਇੱਟ ਸੋਨੇ ਵਿੱਚ ਬਦਲ ਗਈ ਤੇ ਬੁੱਢੀ ਮਾਈ ਨੂੰ ਕਿਹਾ ਆ ਲੈ ਤੋ ਇੱਟ ਤੂੰ ਇਹਨੂੰ ਲੈ ਕੇ ਤੇ ਆਪਣੇ ਘਰ ਮੁੜ ਜਾ ਕਿਉਂਕਿ ਉੱਥੇ ਕੁਝ ਨਹੀਂ ਹੈਗਾ ਹੁਣ ਇਹ ਉਹ ਵਿਚਾਰ ਕਰਦੀ ਹੈ ਆਉਂਦੇ ਆਉਂਦੇ ਆਪਣੇ ਘਰੋਂ ਨੂੰ ਆਪਣੀ ਚੁੰਨੀ ਦੇ ਵਿੱਚ ਲਗਾਉ ਲੈਂਦੀ ਹੈ ਉਹਦੇ-ਉਹਦੇ ਵਿਚਾਰ ਕਰਨ ਲੱਗਦੀ ਹੈ ਵੀ ਜੇਕਰ ਮੈਂ ਇਹਨੂੰ ਘਰ ਲੈ ਕੇ ਗਈ ਤੇ ਮੇਰੇ ਮੁੰਡੇ ਤੇ ਮੇਰੇ ਨੂੰਹਾਂ ਆਪਸ ਵਿੱਚ ਲੜਨਗੇ ਕਿ ਇਹ ਮੇਰਾ ਹੈ ਇਹ ਮੇਰਾ ਉਹ ਕਹਿਣਗੇ ਇਹ ਇੱਟ ਮੇਰੇ ਵੇੜੇ ਦੀ ਹੈ ਉਹ ਕਹਿਗਾ ਮੇਰੇ ਵੇੜੇ ਦੀ ਇਸ ਕਰਕੇ ਆਪਸ ਵਿੱਚ ਲੜਨਗੇ ਉਹ ਘਰ ਜਾ ਕੇ 부ਹੇ ਦੇ ਕੋਲ ਉਹ ਇੱਟ ਨੂੰ ਗੱਡ ਦਿੰਦੀ ਹੁਣ ਬੁੱਢੀ ਮਾਈ ਦਾ ਸਾਰਾ ਧਿਆਨ ਉਹ ਇੱਟ 'ਵਾਂ ਰਹਿਣ ਲੱਗਦਾ ਕਾਪੀ ਕੇ ਕੰਮ ਕਰਕੇ ਤੇ ਹਮੇਸ਼ਾ ਉਹ ਬੂਹੇ ਦੇ ਕੋਲ ਜਾ ਕੇ ਜਿੱਥੇ ਇੱਟ ੱੱੱਬੀ ਹੁੰਦੀ ਹੈ ਉੱਥੇ ਜਾ ਕੇ ਬੈਠ ਜਾਂਦੀ ਪੁੱਤ ਵੀ ਤੇ ਨੂਹਾ ਵੀ ਉਹ ਮਾਂ ਨੂੰ ਪੁੱਛਦੇ ਵੀ ਪੂਰਾ ਦਿਨ ਤੂੰ ਵੇੜੇ ਦੇ ਵਿੱਚ ਜਾ ਕੇ ਬੂਹੇ ਦੇ ਕੋਲ ਬੈਠੀ ਰਹਿਣੀ ਕੀ ਗੱਲ ਹੈ ਬੁੱਢੀ ਮਾਈ ਨੇ ਕਿਹਾ ਆਣ ਜਾਣ ਵਾਲੇ ਲੋਕ ਦੇਖਦੀ ਰਹਿਣੀ ਹੈ ਕਮਰੇ ਵਿੱਚ ਬੈਠ ਕੇ ਉੱਥੇ ਮਨ ਨਹੀਂ ਲੱਗਦਾ ਇੱਕ ਦਿਨ ਬੁੱਢੀ ਮਾਈ ਕਹਿੰਦੀ ਵੀ ਉੱਥੇ ਮੇਰਾ ਮਨ ਨਹੀਂ ਲੱਗਦਾ ਤਾਂ ਬੈਠੀ ਰਹਿਣੀ ਹੈ ਹੁਣ ਕੀ ਸੀ ਬੁੱਢੀ ਮਾਈ ਨੂੰ ਕੁਝ ਦਿਨਾਂ ਬਾਅਦ ਬਿਮਾਰ ਹੋਗੀ ਮੰਜੇ ਤੇ ਪੈਗੀ ਮੰਜੇ ਤੇ ਪੈਣ ਕਰ ਕੁਝ ਸਮੇਂ ਬਾਅਦ ਹੀ ਆਕਾਲ ਚਲਾਨੇ ਕਰਗੀ ਯਮਰਾਜ ਦੇ ਦੂਤ ਆਏ ਬੁੱਢੀ ਮਾਈ ਨੂੰ ਲੈ ਕੇ ਚਲੇ ਗਏ ਬੁੱਢੀ ਮਾਈ ਦਾ ਧਰਮ ਰਾਜ ਦੇ ਕੋਲ ਪਹੁੰਚੇ ਤੇ ਧਰਮ ਰਾਜ ਨੂੰ ਸਾਰੀ ਗੱਲ ਦਸੀ ਧਰਮ ਰਾਜ ਜੀ ਨੇ ਉਹਦਾ ਲੇਖਾ ਜੋਖਾ ਕੀਤਾ ਤੇ ਬੁੱਢੀ ਮਾਈ ਨੂੰ ਇੱਕ ਕੁੱਤੇ ਦੀ ਜੂਨ ਦੇ ਦਿੱਤੀ ਕੁੱਤੇ ਦੀ ਜੂੰਨ ਦਿੱਤੀ ਤਾਂ ਉਹਨੇ ਸਾਰ ਪਾਸੋਂ ਖਾ ਪੀ ਕੇ ਤੇ ਆ ਕੇ ਉਹੀ ਬੁਹੇ ਦੇ ਕੋਲ ਰੁੱਖ ਦੇ ਥੱਲੇ ਬੈਠੇ ਰਹਿਣਾ ਕਰਨਾ ਜਿੱਥੇ ਬੁੱਢੀ ਮਾਈ ਬੈਠਦੀ ਸੀ ਬੁੱਢੀ ਮਾਈ ਦੀ ਨੂਹਾ ਕਹਿਣ ਲੱਗੀ ਆ ਇਹ ਕੁੱਤਾ ਇੱਥੋਂ ਇਹਨੂੰ ਭਜਾਓ ਇਹ ਆਪਣੇ ਜਵਾਕਾਂ ਨੂੰ ਵੱਢੇਗਾ ਤੇ ਇਹਨੇ ਐਵੇਂ ਗਲੀ ਵਿੱਚ ਕਿਸੇ ਨੂੰ ਵੱਢੇਗਾ ਤੇ ਐਵੇਂ ਆਪਣੇ ਲਈ ਉਲਾਮਾ ਲੈ ਕੇ ਆਏਗਾ ਉਹਨਾਂ ਨੇ ਉਸ ਕੁੱਤੇ ਨੂੰ ਰੋਜ਼ ਭਜਾਇਆ ਕਰਨਾ ਪਰ ਕੁੱਤੇ ਨੇ ਉਥੋਂ ਨਾ ਭਜਾਇਆ ਕਰਨਾ ਇੱਕ ਦਿਨ ਉਹ ਬੁੱਢੀ ਮਾਈ ਦੇ ਪੁੱਤ ਨੇ ਆਕੇ ਉਹ ਕੁੱਤੇ ਦੇ ਡੰਡਾ ਮਾਰ ਦਿੱਤਾ। ਉੱਥੇ ਉਹ ਕੁੱਤੇ ਦਾ ਲੱਕ ਟੁੱਟ ਗਿਆ। ਜਿਸ ਕਾਰਨ ਉਹ ਕੁੱਤਾ ਉੱਥੇ ਆਕਾਲ ਚਲਾ ਨਹੀਂ ਕਰ ਗਿਆ। ਹੁਣ ਕੀ ਸੀ ਦੁਬਾਰਾ ਧਰਮਰਾਜ ਆਏ। ਉਹਨੂੰ ਲੈ ਕੇ ਉੱਤੇ ਜਾ ਕੇ ਲੇਖਾ ਜੋਖਾ ਕੀਤਾ ਤੇ ਫਿਰ ਕੀ ਸੀ ਉਹਨੂੰ ਇੱਕ ਸੱਪ ਦੀ ਜੂੰ ਦੇ ਦਿੱਤੀ। ਹੁਣ ਕੀ ਸੀ ਉਹ ਸੱਪ ਨੇ ਵੀ ਉਹਨਾਂ ਦੇ ਵੇੜੇ ਵਿੱਚ ਆਕੇ ਉਹ ਥਾਂ ਤੇ ਬੈਠੇ ਰਿਹਾ ਕਰਨਾ। ਇਹ ਦੇਖ ਕੇ ਉਹਦੇ ਨੂਹਾਂ ਨੇ ਕਿਹਾ ਵੀ ਇਹ ਕਿਸੇ ਨਾ ਕਿਸੇ ਨੂੰ ਕੱਟ ਲਵੇਗਾ ਡਰ ਦੇ ਮਾਰੇ ਅਸੀਂ ਵੀ ਇੱਥੋਂ ਪਾਰ ਨਹੀਂ ਹੋ ਸਕਦੇ ਤੇ ਤੁਸੀਂ ਇਹਦਾ ਕੁਝ ਕਰੋ ਫਿਰ ਪੁੱਤ ਨੇ ਅੰਦਰੋਂ ਡਾਂਗ ਲਿਆਂਦੀ ਤੇ ਉਹਨੂੰ ਮਾਰੀ ਉਹ ਉੱਥੇ ਹੀ ਨੱਕ ਸਾਹ ਵਿੱਚ ਹੀ ਉੱਥੇ ਲੇਟ ਹੋ ਗਿਆ ਉਹਨੂੰ ਡੰਡੇ ਤੇ ਲਵੇਟ ਕੇ ਤੇ ਬਾਹਰ ਸੁੱਟਿਆ ਹੁਣ ਧਰਮਰਾਜ ਕਿੰਦਾ ਤਾਂ ਫੇਰ ਆਗੇ ਧਰਮਰਾਜ ਨੇ ਫਿਰ ਲੋਕਾ ਲੇਖਾ ਜੋਖਾ ਕੀਤਾ ਹੁਣ ਧਰਮਰਾਜ ਨੇ ਕੀੜੀਆਂ ਦੀ ਜੂਨ ਬਣਾ ਕੇ ਤੇ ਪੇਛ ਦਿੱਤਾ ਹੁਣ ਉਹ ਕੀੜੀਆਂ ਬੁੱਢੀ ਮਾਈ ਜਿਹੜੀ ਕੀੜੀ ਦਾ ਰੂਪ ਧਾਰਨ ਕਰਕੇ ਉਹਨਾਂ ਦੇ ਵੇੜੇ ਦੇ ਵਿੱਚ ਸਾਰਾ ਦਿਨ ਉਹਨਾਂ ਰਹਿਣਾ ਉੱਥੇ ਚੁਗਣਾ ਉੱਥੇ ਹੀ ਹੌਲੀ-ਹੌਲੀ ਉਹ ਵੱਧਦੀਆਂ ਗਈਆਂ ਸਾਰੇ ਘਰ ਦੇ ਵਿੱਚ ਫੈਲਣ ਲੱਗੀਆਂ ਇਹ ਸਭ ਦੇਖ ਕੇ ਉਹ ਘਰ ਵਾਲੇ ਬਹੁਤ ਪਰੇਸ਼ਾਨ ਹੋ ਗਏ ਵੀ ਹੁਣ ਤਾਂ ਪ੍ਰਸ਼ਾਦਾ ਪਾਣੀ ਵੀ ਨਹੀਂ ਖਾ ਸਕਦੇ ਮਾਣੀ ਮਣ ਉਹ ਕਹਿਣ ਲੱਗੇ ਵੀ हे ਪ੍ਰਮਾਤਮਾ ਵੀ ਸਾਡੀ ਸੁਣ ਲੈ ਅਸੀਂ ਇਹ ਕੀੜੀਆਂ ਤੋਂ ਬੜਾ ਜ਼ਿਆਦਾ ਦੁਖੀ ਹੋ ਗਏ ਉਹ ਹੀ ਸੰਤ ਜੀ ਇੱਕ ਦਿਨ ਉਹਨਾਂ ਦੇ ਬੂਹੇ ਤੇ ਆਉਂਦੇ ਨੇ ਬੂਹਾ ਖੜਕਾਉਂਦੇ ਨੇ ਕਹਿੰਦੇ ਕੁਝ ਖਾਣ ਨੂੰ ਦੇ ਦਿਓ ਘਰ ਵਾਲੇ ਕਹਿੰਦੇ ਸੰਤ ਜੀ ਸਾਡੇ ਆਪ ਖਾਣ ਦੇ ਲਾਲੇ ਪਏ ਹੋਏ ਨੇ ਅਸੀਂ ਤੁਹਾਨੂੰ ਕੀ ਦਈਏ ਸੰਤ ਜੀ ਕਹਿੰਦੇ ਕਿਉਂ ਕੀ ਹੋਇਆ ਕਿ ਹਾਂ ਆ ਕੀੜੀਆਂ ਨੇ ਸਾਡਾ ਜੀਣਾ ਹਰਾਮ ਕੀਤਾ ਹੋਇਆ ਹੈ ਇਹ ਹਰ ਥਾਂ ਆ ਗਈਆਂ ਨੇ ਜਿਸ ਕਾਰਨ ਵਸ ਅਸੀਂ ਰੋਟੀ ਵੀ ਨਹੀਂ ਪਕਾ ਸਕਦੇ ਹਰ ਥਾਂ ਇਹ ਨੇ ਸੰਤ ਜੀ ਨੇ ਕਿਹਾ ਇੱਕ ਤੁਸੀਂ ਆਪਣੀ ਕਹੀ ਲੈ ਕੇ ਤੇ ਇਹ ਥਾਂ ਪੁੱਟੋ ਸੰਤ ਜੀ ਦੇ ਕਹਿਣ ਤੇ ਉਹਨਾਂ ਥੱਲੇ ਖੁਦਾਈ ਕੀਤੀ ਥੱਲੇ ਸੋਨੇ ਦੀ ਇੱਕ ਬੜੀ ਕੀਮਤੀ ਇੱਟ ਨਿਕਲੀ ਦੋਨਾਂ ਪੁੱਤਾਂ ਨੂੰ ਕਿਹਾ ਆ ਲੋ ਇਹ ਤੁਹਾਡੀ ਮਾਂ ਦੇ ਨਾਮ ਤੇ ਦਾਨ ਪੁੰਨ ਕਰਨਾ ਉਹਨਾਂ ਦੇ ਨਾਮ ਤੇ ਤੁਸੀਂ ਪੁੰਨ ਦੇ ਕੰਮ ਕਰਨਾ ਜੇ ਹੋ ਸਕੇ ਕੋਈ ਧਰਮਸ਼ਾਲਾ ਬਣਵਾਇਓ ਕੋਈ ਸਕੂਲ ਬਣਵਾਇਓ ਕੋਈ ਪਾਣੀ ਦੀਆ ਪਿਆਓ ਬਣਵਾ ਦਿਓ ਕਿਸੇ ਦੇ ਪਸ਼ੂ ਪੰਛੀਆਂ ਦੇ ਖਾਣ ਲਈ ਤੁਸੀਂ ਕੋਈ ਵਿਵਸਥਾ ਕਰ ਦੇਣਾ ਫਿਰ ਕੀ ਹੋਇਆ ਇਹ ਕਹਿ ਕੇ ਤੇ ਸੰਤ ਜੀ ਚਲੇ ਗਏ ਪਰ ਦੋਨੇ ਪੁੱਤ ਆਪਸ ਦੇ ਵਿੱਚ ਝਗੜਨ ਲੱਗੇ ਕਿ ਤੂੰ ਦਾਨ ਕਰ ਤੂੰ ਦਾਨ ਕਰ ਬੁੱਢੀ ਮਾਈ ਦਾ ਨਾਮ ਦੇ ਕਿਸੇ ਵੀ ਦਾਨ ਨਾ ਕੀਤਾ ਤੇ ਜਿਹੜੇ ਕੀੜੀਆਂ ਸਨ ਉਸੇ ਰੂਪ ਵਿੱਚ ਉਹਨਾਂ ਦੇ ਘਰ ਰਹਿਣ ਲੱਗ ਗਏ ਕੁਝ ਸਮਾਂ ਲੰਘਿਆ 2 ਮਹੀਨੇ ਦਾ ਤਾਂ ਸੰਤ ਜੀ ਵਾਪਸ ਆਏ ਬੁਹਾ ਖੜਕਾਇਆ ਵੀ ਕੁਝ ਖਾਣ ਨੂੰ ਦੋ ਅੱਗੋ ਕਹਿੰਦੇ ਸੰਤ ਜੀ ਸਾਡੇ ਘਰ ਦੀ ਹਾਲਤ ਵੇ ਓਵੇਂ ਦੀ ਓਵੇਂ ਹੀ ਕੀੜੀਆਂ ਓਵੇਂ ਦੀਆਂ ਓਵੇਂਆਂ ਨੇ ਸਾਧੂ ਜੀ ਨੇ ਕਿਹਾ ਉਹ ਸੋਨੇ ਦੀ ਇੱਟ ਦੇ ਚਾਰ ਟੁਕੜੇ ਕਰੋ ਇੱਕ ਇੱਕ ਆਪਣੇ ਕੋਲ ਰੱਖੋ ਇੱਕ ਇੱਕ ਵੇਚ ਕੇ ਤੇ ਆਪਣੀ ਮਾਂ ਦੇ ਨਾਮ ਦਾ ਦਾਨ ਪੁੰਨ ਕਰੋ ਇਹ ਜਿੰਨੀਆਂ ਕੀੜੀਆਂ ਨੇ ਇਹਨਾਂ ਲਈ ਤੁਸੀਂ ਆਟੇ ਦੇ ਵਿੱਚ ਗੁੜ ਘੋਲ ਕੇ ਤੇ ਉਹ ਆਟਾ ਤਿਆਰ ਕਰੋ ਉਹ ਆਟੇ ਨੂੰ ਫਿਰ ਜਿਹੜੀ ਰੋਟੀ ਪਕੇਗੀ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਸਾਰੇ ਘਰ ਦੇ ਵਿੱਚ ਫੈਲਾ ਦਿਓ ਜਦੋਂ ਤੁਸੀਂ ਐਵੇਂ ਕਰੋਗੇ ਤੇ ਤੁਹਾਡੀ ਮਾਂ ਦੀ ਜੋ ਜੋਤ ਉਹਨੂੰ ਆਪੇ ਸ਼ਾਂਤੀ ਹੋਵੇਗੀ ਉਹਦੇ ਨਾਲ ਇਹ ਕਰ ਚੋ ਕਿਹੜੀਆਂ ਵੀ ਚਲਿਆ ਜਾਣਗੀਆਂ ਜੋ ਵੀ ਮਨੁੱਖ ਰੋਜ਼ ਇਹ ਰੋਟੀ ਬਣਾ ਕੇ ਕੀੜੀਆਂ ਨੂੰ ਪਾਉਂਦਾ ਉਹਦੇ ਘਰ ਹਮੇਸ਼ਾ ਧੰਨ ਔਲਾਦ ਮਾਨ ਸਮਾਨ ਤੇ ਸੁਖ ਸ਼ਾਂਤੀ ਹਮੇਸ਼ਾ ਲਈ ਆਕੇ ਵਾਸ ਕਰ ਜਾਂਦੀ ਰਿੱਧੀਆਂ ਸਿੱਧੀਆਂ ਤੇ ਬਰਕਤ ਉਹਦੇ ਘਰ ਹੀ ਰਹਿੰਦੀਆਂ ਨੇ ਉਹਦੇ ਘਰ ਕਦੀ ਕੋਈ ਕਸ਼ਟ ਨਹੀਂ ਆਉਂਦਾ ਉਹਦਾ ਜੀਵਨ ਹਮੇਸ਼ਾ ਆਨੰਦ ਨਾਲ ਰਹਿੰਦਾ ਉਹਦੇ ਪਰਿਵਾਰਜਨ ਉਹਦੇ ਨਾਲ ਹਮੇਸ਼ਾ ਪਿਆਰ ਕਰਦੇ ਨੇ ਜੋ ਕੀੜੀਆਂ ਨੂੰ ਐਵੇਂ ਰੋਜ਼ ਦਾਣਾ ਪਾਣੀ ਐਵੇਂ ਪਾਏਗਾ ਉਹਦੇ ਸਾਰੇ ਦੰਨ ਪੁੰਨਦੇ ਤੇ ਧਰਮ ਦੇ ਕੰਮਾਂ ਵਿੱਚ ਰੁਚੀ ਬਣੀ ਰਹੇਗੀ ਜਿਸੇ ਨਾਲ ਜੀਵਨ ਉੱਤਮ ਬਣ ਜਾਏਗਾ ਤੇ ਹਰੇਕ ਸੁਖ ਉਹਦੇ ਘਰ ਵਾਸ ਕਰੇਗਾ